सिंह जी उन्हां दा अवतार पुरब मनारी समुची संगत जी बहुत वधिया उपराला है प्रबंधक जनां दा पिंड विच पहली बार इस तरह का जिहड़ा समागम जिहड़ा ओह लीकिया गया है। सो बाबा जीवन सिंह जी बाबत तां वख-वख बुलारियां ने सारा चन पाया है कित्थे उन्हां दा जन्म होया जिहड़ा पिछोकड़ सी ਉਹ ਕਥੂ ਨੰਗਲ ਦਾ ਸੀ ਉਸ ਤੋਂ ਬਾਅਦ ਗੱਗੋ ਮਾਲ ਪਿੰਡ ਉਹਨਾਂ ਦੇ ਵੱਡੇ ਜਿਹੜੇ ਸੀ ਉਹ ਵੱਸ ਗਏ ਜਾ ਕੇ ਉੱਥੇ ਹੀ ਪਿਤਾ ਸਦਾਨੰਦ ਮਾਤਾ ਪ੍ਰੇਮੂ ਉਹਨਾਂ ਦੀ ਕੁੱਖੋਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਹੋਇਆ ਜੋ ਇਤਿਹਾਸ ਦੇ ਵਿੱਚ ਬੜੀ ਵੱਡੀ ਕੁਰਬਾਨੀ ਹੈ ਜਦੋਂ ਕਸ਼ਮੀਰ ਦੇ ਪੰਡਤਾਂ ਨੇ आके फरियाद की के कोई भी उन्हां दी बाह नहीं फड़दा तां नौवें पातशाह साहिब श्री गुरु तेग बहादुर साहिब जी दिल्ली नूं गए। इतिहास तां बहुत लम्मा है पर थोड़े शब्दां दे विच ही तुहाडे नाल सांझ पाउणी है। जदों उत्थे औरंगजेब दी तेग ने ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਵੱਡੀ ਕੁਰਬਾਨੀ ਦਿੱਤੀ ਤਾਂ ਉੱਥੇ ਜਿਹੜਾ ਉਹਨਾਂ ਦਾ ਹੁਕਮ ਸੀ ਕਿ ਸੀਸ ਦੇ ਟੋਟੇ ਕਰਕੇ ਧੜ ਦੇ ਟੋਟੇ ਕਰਕੇ ਦਿੱਲੀ ਦੇ ਵੱਖ ਵੱਖ ਥਾਵਾਂ 'ਤੇ ਟੰਗੇ ਜਾਣੇ ਨੇ ਪਰ ਕਾਲਪੁਰਖ ਕੁਦਰਤ ਵੱਲੋਂ ਹੀ ਇੱਕ ਵੱਡੀ ਹਨੇਰੀ ਆਈ ਬੜਾ ਦਹਿਤ ਸੀ। ਭਾਈ ਦਿਆਲਾ ਜੀ ਮਤੀ ਦਾਸ ਜੀ ਹੋਰ ਵੀ ਸਿੰਘ ਜਿਹੜੇ ਸੀ ਉੱਥੇ ਸ਼ਹੀਦ ਹੋਏ ਆਪਾਂ ਜਾਣਦੇ ਹਾਂ ਸਾਰਾ ਇਤਿਹਾਸ ਹੈ। ਜਦੋਂ ਕੋਈ ਵੀ ਅੱਗੇ ਨਾ ਹੋਇਆ ਤਾਂ ਬਾਬਾ ਜੀਵਨ ਸਿੰਘ ਜੀ ਨੇ ਦਸ਼ਮੇਧ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਜਿਹੜਾ ਸੀ ਉੱਥੋਂ ਉਠਾਇਆ ਫਿਰ ਆਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਕੋਲ ਲੈ ਕੇ ਆਏ। ਦਸ਼ਮੇਸ਼ ਪਿਤਾ ਜੀ ਨੇ ਗਲ ਨਾਲ ਆ ਕੇ ਰੰਗ ਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਫਿਰ ਇਤਿਹਾਸ ਹੋਰ ਬਹੁਤ ਲੰਮਾ ਹੈ। ਚਮਕੌਰ ਦਾ ਯੁੱਧ ਹੋਇਆ ਜਦੋਂ ਸਾਰੇ ਸਿੰਘ ਸ਼ਹੀਦ ਹੋ ਗਏ ਬਾਬਾ ਜੀਵਨ ਸਿੰਘ ਜੀ ਦੋ ਰਫਲਾਂ ਨਾਗਣੀ ਦੇ ਬਾਗਣੀ ਦੋ ਬੰਦੂਕਾਂ ਸੀ ਇੱਕ ਉਹ ਹੱਥ 'ਚ ਇੱਕ ਉਸ ਹੱਥ 'ਚ ਤੇ ਦੁਸ਼ਮਣ ਨਾਲ ਟੱਕਰ ਲਈ ਫਿਰ ਮੈਦਾਨੇ ਜੰਗ ਦੇ ਵਿੱਚ ਤੇਗ ਲੈ ਕੇ ਫਿਰ ਖੁੱਲ੍ਹੇ ਮੈਦਾਨ ਦੇ ਵਿੱਚ ਹੀ ਆ ਗਏ। ਸੈਂਕੜੇ ਤੀਰ ਸੈਂਕੜੇ ਫੱਟ ਉਹਨਾਂ ਦੀ ਛਾਤੀ ਦੇ ਲੱਗੇ ਤੇ ਬਾਬਾ ਜੀਵਨ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਸੋ ਬਹੁਤ ਵੱਡਾ ਵਿਸ਼ਾਲ ਇਤਿਹਾਸ ਹੈ ਬਾਬਾ ਜੀਵਨ ਸਿੰਘ ਜੀ ਦਾ। ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਆਪਣੀ ਨਵੀਂ ਪੀੜ੍ਹੀ ਨੂੰ ਦੱਸਣਾ ਕਿ ਅਸੀਂ ਕਿਸ ਦੇ ਵਾਰਸ ਹਾਂ, ਸਾਡੇ ਵੱਡੇ ਵਡੇਰਿਆਂ ਨੇ ਕੀ ਮਾਰਾਂ ਮਾਰੀਆਂ ਨੇ, ਕਿੱਡੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਇੱਕ ਲਸਾਨੀ ਇਤਿਹਾਸ ਹੈ ਬਾਬਾ ਜੀਵਨ ਸਿੰਘ ਜੀ ਦਾ, ਕੋਸ਼ਿਸ਼ ਕਰਿਓ ਕਿਤੇ ਪੜ੍ਹਿਆ ਜਾਵੇ ਸਾਰਾ ਹੀ। ਸੋ ਮੈਂ ਆਪਣੇ ਵੱਲੋਂ ਨੰਬਰਦਾਰ ਸਰਦਾਰ ਗੁਰਭੇਜ ਸਿੰਘ ਜੀ, ਡਾਕਟਰ ਸਰਦਾਰ ਸੁਖਦੇਵ ਸਿੰਘ ਜੀ, ਸਾਡੇ ਗੁਰੂ ਘਰ ਦੇ ਵਜ਼ੀਰ ਬਾਬਾ ਹਰਦਿਆਲ ਸਿੰਘ ਜੀ, ਸੰਧੂ ਸਾਹਿਬ ਸੁਖਜਿੰਦਰ ਸਿੰਘ ਜੀ, ਜਿੰਨੀ ਵੀ ਸਾਡੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਵੱਲੋਂ ਇਹਨਾਂ ਵੀਰਾਂ ਲਈ 5000 ਰੁਪਈਆ ਅਸੀਂ ਆਪਣੇ ਵੱਲੋਂ ਯੋਗਦਾਨ ਪਾਵਾਂਗੇ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਅਜਿਹੇ ਪ੍ਰੋਗਰਾਮ ਪਿੰਡ ਵਿੱਚ ਇੱਦਾਂ ਹੀ ਹੁੰਦੇ ਰਹਿਣ ਅਤੇ ਅਸੀਂ ਹੋਰ ਵੀ ਵੱਡੇ ਜਿਹੜੇ ਹਿੱਸੇ ਪਾਉਂਦੇ ਰਹੀਏ। ਸੋ ਧੰਨਵਾਦ ਪ੍ਰਬੰਧਕ ਜਨਾਂ ਦਾ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਮਾਣ ਜਿਹੜਾ ਦਿੱਤਾ ਹੈ। ਜਿੰਨਾ ਵੀ ਸਾਡੇ ਕੋਲ ਹੋ ਸਕਿਆ ਜਦੋਂ ਵੀ ਕਿਤੇ ਗੁਰਮਤਿ ਦੇ ਜਿਹੜੇ ਸਮਾਗਮ ਹੋਣਗੇ ਅਸੀਂ ਵੱਧ ਚੜ੍ਹ ਕੇ ਹਿੱਸਾ ਪਾਵਾਂਗੇ। ਸੋ ਧੰਨਵਾਦ ਹੈ ਫਿਰ ਪ੍ਰਬੰਧਕ ਜਨਾਂ ਦਾ, ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।